ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਵਾਲੀ ਵੀਡੀਓ ਦੇ ਜ਼ਿਆਦਾਤਰ ਪ੍ਰਸ਼ਨ ਤੁਸੀਂ ਪਹਿਲਾਂ ਕੀਤੇ ਹੋਏ ਆ ਜੀ, ਅੱਜ ਆਪਾਂ ਫਿਰ ਇੱਕ ਵਾਰ ਕਰ ਰਹੇ ਹਾਂ ਤਾਂ ਜੋ ਤੁਹਾਡੇ ਹਮੇਸ਼ਾ ਲਈ ਯਾਦ ਰਹਿਣ। ਸਾਡਾ ਪਹਿਲਾ ਪ੍ਰਸ਼ਨ, ਪੰਜਾਬੀ ਨਾਟਕ ਦਾ ਪਿਤਾਮਾ ਆਈ ਸੀ ਨੰਦਾ, ਇਹ ਤੁਹਾਡੇ ਯਾਦ ਰਹੇਗਾ। ਪੰਜਾਬੀ ਕਾਵਿ ਦਾ ਪਿਤਾਮਾ ਬਾਬਾ ਫਰੀਦ ਜੀ, ਪੰਜਾਬੀ ਦੇ ਚੌਸਰ ਪੁੱਛਿਆ ਜਾਂਦਾ ਕਈ ਵਾਰ, ਫਿਰ ਵੀ ਆਏਗਾ ਸਾਡਾ ਬਾਬਾ ਫਰੀਦ। ਆਤਮਾ ਦਾ ਕਵੀ ਇਹ ਕਿਹਾ ਜਾਂਦਾ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ। ਪੰਜਾਬੀ ਦੇ ਬਾਬਾ ਬੋਰਡ ਇਹ ਕਿਹਾ ਜਾਂਦਾ ਸੰਤ ਸਿੰਘ ਸੇਖੋਂ ਜੀ ਨੂੰ। ਪੰਜਾਬੀ ਕਾਵਿ ਦਾ ਵਰਡਜ਼ਵਰਥ ਇਹ ਕਿਹਾ ਜਾਂਦਾ ਜੀ ਭਾਈ ਵੀਰ ਸਿੰਘ ਨੂੰ। ਪ੍ਰਕਿਰਤੀ ਦਾ ਸ਼ਾਇਰ ਵੀ ਕਿਹਾ ਜਾਂਦਾ ਭਾਈ ਵੀਰ ਸਿੰਘ ਨੂੰ, ਅਤੇ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ। ਇਹ ਸਾਰੇ ਹੀ ਪ੍ਰਸ਼ਨ ਤੁਸੀਂ ਯਾਦ ਰੱਖਣਾ ਜੀ ਜੋ ਹੁਣ ਆਪਾਂ ਕੀਤੇ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਹਾਹਾ ਰਾਰਾ ਅਤੇ ਵਾਹਵਾ ਵਿੱਚੋਂ ਕਿਹੜੇ ਚਿੰਨ੍ਹ ਦੀ ਵਰਤੋਂ ਪੈਰਾਂ ਵਿੱਚ, ਯਾਦ ਰੱਖੋ ਪੈਰਾਂ ਵਿੱਚ ਘੱਟ ਕੀਤੀ ਜਾਂਦੀ ਹੈ। ਇਹ ਕੀਤੀ ਜਾਂਦੀ ਹੈ ਜੀ ਵਾਹਵਾ, ਜੋ ਵਾਹਵਾ ਜੀ ਇਸ ਦੀ ਵਰਤੋਂ ਪੈਰਾਂ ਦੇ ਵਿੱਚ ਘੱਟ ਕਰਦੇ ਹਾਂ ਅਸੀਂ। ਹੁਣ ਤੁਹਾਡੇ ਲਈ ਪ੍ਰਸ਼ਨ ਹੋ ਸਕਦਾ ਕਿ ਸਭ ਤੋਂ ਜ਼ਿਆਦਾ ਕਿਹੜੇ ਚਿੰਨ੍ਹ ਦੀ ਅਸੀਂ ਵਰਤੋਂ ਕਰਦੇ ਹਾਂ, ਫਿਰ ਤੁਹਾਡਾ ਉੱਤਰ ਕੀ ਹੋਵੇਗਾ, ਹਾਹਾ ਜਾਂ ਰਾਰਾ, ਇਹ ਦੇਖਣਾ ਜੀ ਅਤੇ ਦੱਸਣਾ। ਠੀਕ ਆ ਜੀ, ਅਗਲਾ ਪ੍ਰਸ਼ਨ ਸਾਡਾ, ਪੰਜਾਬੀ ਨਾਲ ਸੰਬੰਧਿਤ ਕਿਹੜੀ ਉਪਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦੀ ਸੂਚੀ ਵਿੱਚ ਰੱਖਿਆ ਗਿਆ ਹੈ? ਡੋਗਰੀ ਭਾਸ਼ਾ ਨੂੰ। ਠੀਕ ਹੈ ਜੀ, ਜੋ ਡੋਗਰੀ ਭਾਸ਼ਾ ਇਹ ਪੰਜਾਬੀ ਨਾਲ ਸੰਬੰਧਿਤ ਅਜਿਹੀ ਉਪਭਾਸ਼ਾ ਜਿਸ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਵਿੱਚ ਵੀ ਰੱਖਿਆ ਗਿਆ। ਅਗਲਾ ਪ੍ਰਸ਼ਨ ਹੈ ਜੀ, ਸਿੱਖ ਅਰਦਾਸ ਦੇ ਪਹਿਲੇ ਬੋਲ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਬੋਲ ਕਿਸ ਗ੍ਰੰਥ ਵਿੱਚੋਂ ਲਏ ਗਏ ਹਨ? ਇਹ ਲਏ ਗਏ ਆ ਜੀ ਦਸਮ ਗ੍ਰੰਥ ਦੇ ਵਿੱਚੋਂ। ਅਗਲਾ ਪ੍ਰਸ਼ਨ ਹੈ ਜੀ ਸਾਡਾ ਬਾਲ ਰਸਾਲੇ, ਇਹਨਾਂ ਦਾ ਤੁਸੀਂ ਮਿਲਾਨ ਕਰਨਾ ਜੀ। ਜੋ ਬਾਲ ਰਸਾਲੇ ਆ ਜੀ, ਜਾਂ ਆਪਣੇ ਪੰਜਾਬੀ ਅਖਬਾਰ ਹੈ ਜੋ ਇਹਨਾਂ ਦੇ ਸੰਪਾਦਕ ਹੈ, ਇਹ ਮੈਂ ਉਮੀਦ ਕਰਦਾ ਹੁੰਦਾ ਕਿ ਤੁਸੀਂ ਖੁਦ ਹੀ ਯਾਦ ਕਰਕੇ ਜਾਵੋਗੇ, ਕਿਉਂਕਿ ਜ਼ਿਆਦਾਤਰ ਮੌਜੂਦਾ ਪੁੱਛਿਆ ਜਾਂਦਾ ਅਤੇ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਜੋ ਉੱਤਰ ਬਦਲ ਜਾਂਦੇ ਆ। ਸਾਡਾ ਪਹਿਲਾ ਰਸਾਲਾ ਜੀ ਪਖੇਰੂ, ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ, ਤੁਸੀਂ ਇਹ ਵੀ ਯਾਦ ਰੱਖਣਾ। ਤੁਹਾਨੂੰ ਸਥਾਨ ਵੀ ਪੁੱਛਿਆ ਜਾ ਸਕਦਾ ਕਿ ਪਖੇਰੂ ਰਸਾਲਾ ਕਿੱਥੋਂ ਪ੍ਰਕਾਸ਼ਿਤ ਹੁੰਦਾ, ਫਿਰ ਸਾਡਾ ਉੱਤਰ ਹੋਵੇਗਾ ਲਾਹੌਰ। ਅਤੇ ਇਹਨਾਂ ਦੇ ਜੋ ਇਹ ਰਸਾਲਾ ਜੀ, ਇਸ ਦੇ ਸੰਪਾਦਕ ਹੈ ਅਸ਼ਰਫ ਸੁਹੇਲ। ਦੂਸਰਾ ਰਸਾਲਾ ਸਾਡਾ ਹੈਗਾ ਜੀ ਨਿੱਕੀਆਂ ਕਰੁੰਬਲਾਂ, ਮਹਿਲਪੁਰ ਤੋਂ ਪ੍ਰਕਾਸ਼ਿਤ ਹੁੰਦਾ ਜੀ। ਨਿੱਕੀਆਂ ਕਰੁੰਬਲਾਂ ਦੇ ਸੰਪਾਦਕ ਹੈਗੇ ਆ ਜੀ ਬਲਜਿੰਦਰ ਮਾਨ, ਚਾਰ ਨੰਬਰ 'ਤੇ ਮਿਲਾਵਾਂਗੇ ਜੀ ਇਸ ਨੂੰ। ਅਗਲਾ ਸਾਡਾ ਹੈ ਪੰਖੜੀਆਂ, ਜੋ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦਾ, ਜੋ ਇੱਕ ਕਾਫੀ ਚੰਗਾ ਰਸਾਲਾ ਹੈ ਜੋ ਛੋਟੇ ਬੱਚੇ ਆ ਉਹਨਾਂ ਦੇ ਲਈ ਆ ਇਹ। ਜੋ ਬੱਚੇ ਥੋੜ੍ਹੀ ਬਹੁਤ ਪੰਜਾਬੀ ਪੜ੍ਹ ਲੈਂਦੇ ਆ ਉਹਨਾਂ ਦੇ ਵਿੱਚ ਪੜ੍ਹਾਈ ਦੀ ਰੁਚੀ ਪੈਦਾ ਕਰਨ ਦੇ ਲਈ, ਜਾਂ ਜੋ ਬੱਚੇ ਪੜ੍ਹਾਈ ਤੋਂ ਮਨ ਚੁਰਾਉਂਦੇ ਆ ਆਪਣਾ, ਉਹਨਾਂ ਦੇ ਅੰਦਰ ਪੜ੍ਹਾਈ ਦਾ ਸ਼ੌਂਕ ਜਗਾਇਆ ਜਾ ਸਕਦਾ, ਕਾਫੀ ਚੰਗਾ ਰਸਾਲਾ, ਚਾਹੇ ਤੁਹਾਡੇ ਆਪਣੇ ਬੱਚੇ ਆ ਚਾਹੇ ਸਕੂਲ ਦੇ ਬੱਚੇ ਆ। ਇਸ ਰਸਾਲੇ ਦੇ ਨਾਲ ਤੁਸੀਂ ਉਹਨਾਂ ਦੇ ਵਿੱਚ ਲਿਖਣ ਰੁਚੀਆਂ, ਕਵਿਤਾਵਾਂ ਦਾ ਉਚਾਰਨ ਕਰਨਾ, ਠੀਕ ਹੈ, ਤੁਸੀਂ ਪੈਦਾ ਕਰ ਸਕਦੇ ਹੋ। ਪੰਖੜੀਆਂ ਜੋ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦਾ ਜੀ, ਇਸ ਦੇ ਹੈਗੇ ਆ ਜੀ ਸਰਬਜੀਤ ਬੇਦੀ। ਅਗਲਾ ਹੈ ਬਾਲ ਪ੍ਰੀਤ, ਜੋ ਪਟਿਆਲਾ ਤੋਂ ਪ੍ਰਕਾਸ਼ਿਤ ਹੁੰਦਾ, ਇਸ ਨੂੰ ਅਸੀਂ ਮਿਲਾਵਾਂਗੇ ਦਰਸ਼ਨ ਸਿੰਘ ਆਸਟ ਦੇ ਨਾਲ। ਅਗਲਾ ਪ੍ਰਸ਼ਨ ਸਾਡਾ, ਨੀਚੇ ਸਭ ਤੋਂ ਵੱਧ ਪੰਜਾਬੀ ਕਿੱਥੇ ਬੋਲੀ ਜਾਂਦੀ ਹੈ ਬੁਲਾਰਿਆਂ ਦੇ ਪੱਖੋਂ? ਬੁਲਾਰਿਆਂ ਦੇ ਪੱਖੋਂ ਸਭ ਤੋਂ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਹੈ ਜੀ ਪਾਕਿਸਤਾਨ ਦੇ ਵਿੱਚ। ਜੋ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਕਾਫੀ ਸ਼ੁੱਧ ਅਤੇ ਠੇਠ ਪੰਜਾਬੀ ਬੋਲੀ ਜਾਂਦੀ ਹੈ। ਕਿਹਾ ਜਾਂਦਾ ਕਿ ਪਾਕਿਸਤਾਨ ਦੀ ਪੰਜਾਬੀ ਨੂੰ ਉਨਾ ਚਿਰ ਕੋਈ ਖਤਰਾ ਨਹੀਂ ਜਿੰਨਾ ਚਿਰ ਉੱਥੋਂ ਦੇ ਲੋਕ ਅਨਪੜ੍ਹ ਹੈ। ਜਦੋਂ ਪਾਕਿਸਤਾਨ ਦੇ ਲੋਕ ਸਾਡੀ ਤਰ੍ਹਾਂ ਪੜ੍ਹੇ ਲਿਖੇ ਹੋ ਜਾਣਗੇ ਤਾਂ ਉਹਨਾਂ ਦੀ ਜੋ ਪੰਜਾਬੀ ਆ ਉਹ ਵੀ ਹੌਲੀ ਹੌਲੀ ਸਾਡੀ ਤਰ੍ਹਾਂ ਖਤਮ ਹੋਣੀ ਸ਼ੁਰੂ ਹੋ ਜਾਏਗੀ। ਇੱਕ ਵਾਰ ਜੋ ਪਾਕਿਸਤਾਨ ਉਹਨਾਂ ਦੇ ਜੋ ਆਪਣੇ ਕਬੱਡੀ ਮੈਚ ਹੋਏ ਸੀ, ਜੋ ਖਿਡਾਰੀ ਆਏ ਸੀ ਪਾਕਿਸਤਾਨ ਦੇ ਜੋ ਪੰਜਾਬ ਤੋਂ, ਉਹਨਾਂ ਦੀ ਇੰਟਰਵਿਊ ਜੋ ਪੰਜਾਬੀ ਵਿੱਚ ਲਈ ਜਾਂਦੀ ਸੀ ਤਾਂ ਕਾਫੀ ਸੋਹਣੀ ਪੰਜਾਬੀ ਉਹ ਬੋਲ ਲੈਂਦੇ ਆ, ਅਤੇ ਉਹਨਾਂ ਦੀ ਜੋ ਪੰਜਾਬੀ ਆ ਕਾਫੀ ਠੇਠ ਅਤੇ ਮਿੱਠੀ ਬੋਲੀ ਹੈ। ਅਤੇ ਜੋ ਪਾਕਿਸਤਾਨ ਦਾ ਪੰਜਾਬ ਇਲਾਕਾ, ਉੱਥੇ ਇੱਕ ਪੰਜਾਬੀ ਠੇਠ ਉਹਨਾਂ ਦਾ ਮੁੱਖ ਮੰਤਰੀ ਬਣਿਆ ਸੀਗਾ, ਅਤੇ ਉਸਨੂੰ ਕਿਹਾ ਵੀ ਗਿਆ ਸੀ ਕਿ ਤੁਸੀਂ ਭਾਸ਼ਾ ਜੋ ਬੱਚਿਆਂ ਦੀ ਉਸ ਦੇ ਵਿੱਚ ਪੰਜਾਬੀ ਨੂੰ ਲਾਗੂ ਕਰ ਸਕਦੇ ਹੋ, ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ, ਪਤਾ ਨਹੀਂ ਕਿਉਂ ਨਹੀਂ ਕੀਤਾ। ਪਰ ਇਸ ਦਾ ਉੱਤਰ ਹੁੰਦਾ, ਜੇ ਤੁਹਾਨੂੰ ਪੁੱਛਿਆ ਵੀ ਜਾਵੇ ਕਿ ਧਾਰਮਿਕ ਕੱਟੜਤਾ ਪਾਕਿਸਤਾਨ ਵਿੱਚ ਸਮੱਸਿਆ ਬਣ ਰਹੀ ਹੈ ਪੰਜਾਬੀ ਦੇ ਲਈ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਭਾਰਤ ਦੇ ਕਿਹੜੇ ਸੂਬਿਆਂ ਵਿੱਚ ਪੰਜਾਬੀ ਦੂਜੀ ਸਰਕਾਰੀ ਭਾਸ਼ਾ ਹੈ? ਦਿੱਲੀ, ਹਰਿਆਣਾ, ਹਿਮਾਚਲ, ਪੱਛਮੀ ਬੰਗਾਲ।
पछमी बंगाल किताब दे विच तां लिखिया मिलदा, पर जदों मैं इंटरनेट दे उपर देखिया तां उत्थे पछमी बंगाल विच दूसरी भाषा नहीं मिल रही। पर फिर भी तुसीं ध्यान दे नाल देखना, क्योंकि पछमी बंगाल विच दूसरी भाषा हो सकदी है नेट दे उपर चौथे नंबर ते लिखी मिली है, पर हो सकदा है कि दिल्ली दी तरह बाकी जिवें भाषावां अलग अलग है ते सारयां लई दूजी भाषा जो चुननी चाहुंदे आ चुन सकदे आ, ते शायद इसे तरह ही होवेगा पछमी बंगाल दे विच। कोई पछमी बंगाल बारे ज़्यादा जानकारी नहीं मैनू कि पंजाबी की स्थिति की है उत्थे, ठीक है, पर फिर भी तुसीं देख लेना एक बार। अगला साडा भाई वीर सिंह साहित सदन कित्थे है, ये हैगा जी दिल्ली दे विच। भाषा विभाग पंजाब दा मुख दफ्तर ये पटियाले दे विच है जी, ये तुसीं याद रखना, भाई वीर वाला तुहाडे याद रहेगा। भाषा विभाग पंजाब दा मुख दफ्तर पटियाला दे विच। किहड़ा किस्सा सद दे नाम नाल मशहूर है, पीलू दा मिर्जा साहिबा। अगला प्रश्न जी, रंगा दी गागर किस दी स्वै जीवनी है, सरदारा सिंह जौहल। एक आपां इहनां दे नाल संबंधित पहला प्रश्न कीता सी कि वाइस चांसलर रहे जी यूनीवर्सिटी दे किसे दे, उह तुहाडे याद होवेगा मैनू उम्मीद है, नहीं भी याद तां कर लेना जी जदों मिलिया चंगी तरह, ठीक है जी। तुहाडा सारयां दा बहुत बहुत धन्नवाद जी।